ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਮੈਂ 1983 ਚ ਨਿਊ ਟੈਸਟਮੈਂਟ ਪੜ੍ਹਿਆ ਸੀਗਾ ਤੇ ਇਹਦੀ ਫਿਰ ਵਿਆਖਿਆ ਲਿਖੀ ਸੀਗੀ ਮੈਂ ਆਪਣੇ ਫਾਦਰ ਦੀ ਯਾਦਗਾਰ ਚ। ਮੇਰੇ ਫਾਦਰ ਉੱਥੇ 1981 ਚ ਗਾਣਾ ਗੁਜ਼ਰ ਗਏ ਸੀਗੇ ਕਮਾਸੀ, ਤੇ ਮੈਂ ਉੱਥੇ ਲੈਕਚਰ ਸੀ ਯੂਨੀਵਰਸਿਟੀ ਚ, ਤੇ ਉਹਨਾਂ ਦੀ ਯਾਦ ਵਿੱਚ ਲਿਖਿਆ। ਤੇ ਫਿਰ ਮੈਂ 1983 ਚ ਇੰਗਲੈਂਡ ਆ ਗਿਆ ਤੇ ਇੱਥੇ ਮੈਂ ਫਿਰ ਬਾਈਬਲ ਦਾ ਖੂਬ ਕੀਤਾ ਇਹਨਾਂ ਨਾਲ ਪ੍ਰਚਾਰ। ਨਾਨਕ ਜਿਹੜਾ ਸੀ ਸੈਕਿੰਡ ਕਮਿੰਗ ਆ ਗੀਤ ਹੈਗਾ ਆਪਣੇ ਦੁਬਾਰਾ ਆਉਣਾ, ਉਹਦਾ ਪਹਿਲਾ ਸਤਿਗੁਰੂ ਦੁਨੀਆਂ ਚ ਮਿਡਲ ਈਸਟ ਵਿੱਚ ਆਇਆ, ਕਿ ਉੱਥੇ ਦੇ ਲੋਕ ਜਿਹੜੇ ਸੀਗੇ ਜੀਵ ਬਣ ਗਏ ਸੀ, ਜਿਸਮ ਦੇ ਜੀਵ ਦੇ ਜਿਸਮ ਦੇ ਬਣ ਕੇ ਸ਼ੰਕਰ ਵਰਗੇ ਪੱਕੇ ਹਰਾਮੀ, ਤੇ ਇਸੇ ਕਰਕੇ ਉਹਨਾਂ ਨੇ ਵੀਜ਼ੇ ਨੂੰ ਮਾਰਿਆ ਸੀਗਾ। ਤੇ ਇੰਡੀਆ ਚ ਜਿਹੜੇ ਖੱਤਰੀ ਸੀ ਉਹ ਸ਼ੰਕਰ ਵਰਗੇ ਨਹੀਂ ਬਣੇ, ਆਪਣੀ ਇਹਨਾਂ ਨੇ ਕੌਮ ਰੱਖੀ, ਇਸ ਕਰਕੇ ਨਾਨਕ ਆਦਮੀ ਆਮ ਆਦਮੀ ਦੀ ਤਰ੍ਹਾਂ ਪੈਦਾ ਹੋਇਆ। ਤੇ ਉਹ ਜੀ ਨੇ ਜਿਹੜਾ ਕੁਆਰੀ ਦੇ ਪੈਦਾ ਹੋਇਆ ਸੀਗਾ। ਇਹ ਸਾਰੀਆਂ ਚੀਜ਼ਾਂ ਦਾ ਵਿਆਖਿਆ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਜੇ ਤੁਹਾਡੀ ਕਿਸਮਤ ਵਿੱਚ ਹੋਵੇ, ਭਾਗ ਵਿੱਚ ਹੋਵੇ। ਇਹ ਜਿਹੜਾ ਹੁਣ ਚੱਲ ਰਿਹਾ ਨਾ ਕੰਮ ਇੱਥੇ ਮਿਡਲ ਈਸਟ ਵਿੱਚ, ਇਹ ਜਿਹੜੇ ਇਜ਼ਰਾਈਲ ਵਿੱਚ ਅਤੇ ਜਿਹੜੇ ਪਲਸਟੀਨੀਅਨ ਹੈਗੇ ਨੇ, ਇਹ ਦੋਨੋਂ ਜਿਹੜੇ ਹੈਗੇ ਨੇ, ਇਹ ਇਬਰਾਹਾਮ ਦੇ ਨਾਲ ਇਹਨਾਂ ਦਾ ਕੋਵਨੈਂਟ ਟੁੱਟ ਜਾਂਦਾ ਹੈਗਾ ਜਦੋਂ ਉਹ ਜੂ ਬਣ ਜਾਂਦੇ ਜਿਸਮ ਦੇ, ਅਤੇ ਪਲਸਟੀਨੀਅਨ ਬਣ ਜਾਂਦੇ ਹਮਾਸ ਅਤੇ ਫਤਹ। ਹਮਾਸ ਫਤਹ ਕੋਈ ਕੌਮਾਂ ਨਹੀਂ ਹੈਗੀਆਂ, ਜਿੱਦਾਂ ਇੰਡੀਆ 'ਚ ਹੈਗਾ ਜਦੋਂ ਸਿੱਖ ਬਣ ਗਏ ਨਾ 1947 ਵਿੱਚ, ਚੌਧਰੀ ਛੋਟੂ ਰਾਮ ਨੇ ਨਾ ਜੱਟਾਂ ਨੂੰ ਯੂਨੀਅਨ ਪਾਰਟੀ ਦੇ ਇਕੱਠੇ ਕੀਤਾ ਹੋਇਆ ਸੀ ਅਤੇ ਕਿਹਾ ਸੀ ਕਿ ਜਿਹੜਾ ਮਜ਼ਹਬ ਹੈਗਾ ਇੱਕ ਕਮੀਜ਼ ਹੀ, ਇਹ ਚਾਰ ਵਾਰੀ ਬਦਲ ਪੁੱਜੇ ਇੱਕ ਜਿਸਮ ਨਹੀਂ ਬਦਲਦਾ। ਉਹਦੇ ਮਰਨ ਤੋਂ ਬਾਅਦ ਇਹ ਜਿਹੜੇ ਮਜ਼ਹਬੀ ਰੰਗ ਦੇ ਨਾਲੇ ਸੀਗੇ, ਲਾਲਾ ਗਾਂਧੀ, ਲਾਲਾ ਮੁਹੰਮਦ ਅਲੀ ਜਿਨਾਹ ਅਤੇ ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਇਹਨਾਂ ਨੇ ਆ ਕੇ ਲੋਕਾਂ ਨੂੰ ਮਜ਼ਹਬੀ ਰੰਗ ਚੜ੍ਹਾ ਦਿੱਤਾ, ਮਜ਼ਹਬੀ ਰੰਗ ਚੜ੍ਹਾ ਕੇ ਅਤੇ ਇਹਨਾਂ ਨੂੰ ਪੱਕੇ ਹਰਾਮੀ ਬਣਾ ਦਿੱਤਾ ਸ਼ੰਕਰਵਾਦੀ ਨੇ, ਅਤੇ ਇਹਨਾਂ ਦਾ ਮੁਲਕ ਵੰਡਿਆ ਗਿਆ। ਫਿਰ ਇੱਕ ਦੂਜੇ ਨੂੰ ਇਹਨਾਂ ਨੇ ਮਾਰਿਆ ਸੀ, ਜਿੱਦਾਂ ਪੱਕੇ ਹਰਾਮੀ ਮਾਰਦੇ ਨੇ। ਅਤੇ ਆਪਣੇ ਪਿਓ ਜਿਹੜਾ ਹੈਗਾ ਤੁਹਾਡਾ, ਉਹ ਤੁਹਾਡੇ 'ਤੇ ਉਹ ਤੁਹਾਡੇ 'ਤੇ ਰਾਖੀ ਰੱਖਦਾ ਹੈਗਾ। ਜੇ ਤੁਸੀਂ ਪਿਓ ਭੁੱਲ ਗਿਆ ਤਾਂ ਉਹਦਾ ਹੱਥ ਜਿਹੜਾ ਚੱਕਿਆ ਜਾਂਦਾ ਹੈਗਾ, ਫਿਰ ਤੁਸੀਂ ਯਤੀਮ ਬਣ ਜਾਂਦੇ। ਅਤੇ ਯਤੀਮ ਦਾ ਜਿਹੜਾ ਹੈਗਾ ਤੁਸੀਂ ਦੇਖ ਲਓ ਕੀ ਹਾਲ ਹੋਇਆ ਸੀ 1947 'ਚ ਅਤੇ 1984 'ਚ। ਇਹ ਚੀਜ਼ਾਂ ਬਹੁਤ ਸੌਖੀਆਂ ਹੈਗੀਆਂ ਨੇ ਜੇ ਤੁਸੀਂ ਤੁਹਾਡੇ 'ਚ ਚਾਹ ਹੈਗੀ। ਜੇ ਚਾਹ ਨਹੀਂ ਹੈਗੀ, ਜੇ ਤੁਸੀਂ ਖੋਜਣ ਦੀ ਸ਼ਕਤੀ ਨਹੀਂ ਹੈਗੀ, ਫਿਰ ਨਹੀਂ ਮਿਲਦੀਆਂ। ਇਹ ਖੋਜੀਆਂ ਮਿਲਦੀਆਂ ਨੇ ਲੋਜੀਕਲ ਰੀਜਨਿੰਗ ਦਾ, ਆਵੇ ਕਿ ਕੌਮਾਂ ਦੇ ਲੋਕ ਪੈਦਾ ਹੋਏ, ਕੋਈ ਜੱਟ ਸੀ, ਕੋਈ ਚੂੜਾ, ਕੋਈ ਚਮਾਰ, ਕੋਈ ਖੱਤਰੀ, ਕੋਈ ਲੁਹਾਰ, ਕੋਈ ਤਰਖਾਨ, ਜਿਹੜੇ ਚੀਜ਼ ਪੈਦਾ ਹੋਈ ਉਹੀ ਮਰੇਗੀ ਨਾ 1984 'ਚ, ਉਹੀ ਮਰੇ ਨਾ। ਸਿੱਖ ਤਾਂ ਨਹੀਂ ਮਰਿਆ ਕੋਈ ਵੀ, ਸਿੱਖ ਤਾਂ ਨਾਦੀ ਰੂਪ ਹੈਗਾ, ਬੋਲਿਆ ਪਤਾ ਲੱਗਦਾ ਕੀ ਸਿੱਖਿਆ ਇਹਨੇ। ਸਿੱਖ ਜਿਹੜਾ ਦਿਲ ਦਾ ਹੁੰਦਾ ਹੈਗਾ, ਜਿਸਮ ਦਾ ਨਹੀਂ ਹੁੰਦਾ। ਅਤੇ ਇਸ ਕਰਕੇ ਸਿੱਖ ਇੱਕ ਵਿੱਚ ਮਰਿਆ, ਇਹ ਕੂੜ ਹੈਗਾ ਜਿਹੜਾ ਬੋਲਦੇ ਕੂੜ ਡੁੱਬੇ ਕੂੜ, ਅਤੇ 1947 'ਚ ਕੂੜ ਡੁੱਬੇ ਅਤੇ ਹੁਣ ਡੁੱਬੇ 84 'ਚ। ਅਤੇ ਕੂੜ ਜਿਹੜਾ ਪ੍ਰਧਾਨ ਹੈਗਾ ਜਿਹੜਾ ਮਿਡਲ ਈਸਟ ਵਿੱਚ ਹੋ ਰਿਹਾ, ਇਹ ਖਾਸ ਲੋਕ ਹੈਗੇ ਨੇ ਜੇ ਯਹੂਦੀ ਹੈਗੇ ਨੇ, ਇੱਕ ਨਮੂਨੇ ਦੇ ਆਦਮੀ ਹੈਗੇ ਨੇ, ਇਹਨਾਂ ਰਾਹੀਂ ਆਪਾਂ ਨੂੰ ਸਬਕ ਮਿਲਦੇ ਨੇ ਬਹੁਤ ਆਸਾਨੀ ਨਾਲ ਜੇ ਕੋਈ ਕੋਸ਼ਿਸ਼ ਕਰੇ। ਅਤੇ ਇਹ ਇਕੱਠੇ ਹੁਣ ਕੀਤੇ ਹੋਏ ਨੇ, ਇਹ ਲਿਖਿਆ ਹੋਇਆ ਬਾਈਬਲ 'ਚ, ਜਦੋਂ ਕਲਯੁੱਗ ਦਾ ਅਖੀਰ ਆਇਆ ਤਦ ਇਹਨਾਂ ਨੂੰ ਇਕੱਠੇ ਕਰਕੇ ਜਿਲਾਵਾਂਗਾ। ਅਤੇ 1947 ਦੇ ਵਿੱਚ ਇਕੱਠੇ ਕੀਤੇ ਸੀਗੇ ਜਿਹੜੇ
ਸ਼ੰਕਰ ਵਾਲੀਏ ਜੂ ਸੀਗੇ ਜਿਸਮ ਦੇ ਮਨ ਤੇ ਜੂ ਹੁੰਦਾ ਹੈਗਾ ਅੰਦਰਲਾ ਬਾਹਰਲਾ ਜੀ ਤੇ ਇਹਨਾਂ ਨੂੰ ਜਲਾਉਣ ਲਈ ਕੀਤਾ ਇਕੱਠੇ ਇਹਨਾਂ ਦੀ ਰਾਖੀ ਸੀਗੀ 70 ਸਾਲ ਇਹਨਾਂ ਦਾ ਹਰਿਮੰਦਰ ਜਿਹੜਾ ਸੀ ਨਾ ਉੱਥੇ ਹੋਲੀਐਸਟ ਆਫ ਹੋਲੀ ਜਦੋਂ ਜੀ ਨੇ ਸੀਗਾ ਉਦੋਂ 70 AD ਵਿੱਚ ਟੁੱਟਿਆ ਸੀਗਾ 70 ਹੈਗਾ 10 × 7 10 ਹੈਗੀ ਨਾ ਧਰਮ ਦੇ ਅੰਗ ਜਿਹੜੇ ਕਿ ਰਾਵਾਂ ਦੇ ਪੂਰੇ ਸੀਗੇ ਤੇ 7 ਹੈਗੇ ਆਪਾਂ ਕਰਮ ਕਰੀਦੇ ਨੇ 6 ਦੁਨਿਆਵੀ ਤੇ 7ਵਾਂ ਹੈਗਾ ਅਕਾਲ ਪੁਰਖ ਦਾ ਉੱਥੇ ਜਾਈਦਾ ਹੈਗਾ ਮੱਧਰ ਜਾਈਦਾ ਜਾਂ ਉੱਥੇ ਕਿਤੇ ਵੀ ਜਾਂਦਾ 7ਵੇਂ ਦਿਨ ਉਹਦਾ ਪਾਰ ਬ੍ਰਹਮ ਦੀ ਪੂਜਾ ਕਰ ਜਾਏਗਾ ਉਹਦੇ ਵੱਲ ਧਿਆਨ ਕਰ ਜਾਏਗਾ ਤੇ ਇਹ ਹੈਗਾ ਇਹਦੇ 'ਚ ਜਿਹੜਾ ਕਿ ਸ਼ੰਕਰ ਵਰਨੀ ਹੈ ਪੱਕੇ ਹਰਾਮੀ ਆਹ ਜਿਹੜੇ ਹੈਗੇ ਨੇ ਇਹ ਆਪਣਾ ਪਿਓ ਇਹਨਾਂ ਨੇ ਸੰਭਾਲਿਆ ਅਤੇ ਇਹ ਆਰਾਮ ਨਾਲ ਰਹੇ ਇਕੱਠਾ ਕੀਤਾ ਇਹਦੇ 'ਚ ਆ ਜਾਂਦਾ ਸ਼ੈਡਰ ਹੁਸੈਨ ਵੀ ਇਹਦੇ 'ਚ ਆ ਜਾਂਦਾ ਹੈਗਾ ਉਹ ਵੀ ਜੱਟ ਸੀਗਾ ਖੋਖਰ ਜੱਟ ਆਹ ਜਿਹੜੇ ਨੇ ਆਪਣੀ ਕੌਮ ਭੁੱਲਦੇ ਨੇ ਕੋਈ ਸਿੱਖ ਕੌਮ ਕਹਿੰਦਾ ਹੈਗਾ ਜਿੱਦਾਂ ਨਵਜੋਤ ਸਿੱਧੂ ਹੈ ਅਤੇ ਸਿਮਰਨ ਮਾਨ ਗੀਤ ਤੇ ਹੈਗੇ ਜੱਟ ਕੌਮ ਆਪਣੀ ਸਿੱਖ ਦੱਸਦੇ ਨੇ ਇਹ ਪੱਕੇ ਹਰਾਮੀ ਹੈਗੇ ਨੇ ਇਹ ਸ਼ੰਕਰ ਵਰਨੀ ਹੈ ਕਿ ਇਹਨਾਂ ਨੇ 1947 ਦੇ ਵਿੱਚ ਇੱਕ ਦੂਏ ਨੂੰ ਮਾਰਿਆ ਸੀਗਾ ਅਤੇ ਨੇਜੇ ਉੱਤੇ ਚੱਕੇ ਸੀਗੇ ਆਪਣੇ ਕੌਮ ਦੇ ਲੋਕ ਜੱਟਾਂ ਨੇ ਜੱਟ ਮਾਰੇ ਅਤੇ ਉਹ ਸਿੱਖ ਹੈਗਾ ਅਤੇ ਮੈਂ ਮੁਸਲਮਾਨ ਹੈਗਾ ਅਤੇ ਇਹ ਉਹ ਹੈਗੇ ਜਿੱਤ ਫਰਕਾ ਪਾਉਣ ਵਾਲੇ ਇਹਨਾਂ ਦਾ ਜਿਹੜੀ ਹੈਗੀ ਸੁੱਕਾ ਹੈਗਾ ਇਹਨੂੰ ਕਹਿੰਦੇ ਸੁੱਕਟ ਜਿੱਦਾਂ ਸੁੱਕੀ ਲੱਕੜੀ ਜਲਦੀ ਨਾ ਅੱਗ ਲਾਇਆ ਏਦਾਂ ਇਹ ਜਲੇ ਸੀਗੇ 1947 ਦੇ ਵਿੱਚ ਇੱਕ ਦੂਏ ਨੂੰ ਮਾਰਿਆ ਸੀ ਇੱਕਦਮ ਭੜਕ ਪਈ ਸੀ ਅੱਗ ਆਹ ਜਿਹੜੇ ਹੈਗੇ ਨੇ ਹਰੇ ਭਰੇ ਇਹਨਾਂ ਦੀ ਵੇਲ ਹਰੀ ਰਹਿੰਦੀ ਚੌਧਰੀ ਰਣਜੀਤ ਸੈਂਸੀ ਜੱਟ ਜੱਟ ਦਾ ਰਾਜ ਸੀਗਾ ਉਦੋਂ ਸਿੱਖ ਦਾ ਰਾਜ ਨਹੀਂ ਹੈਗਾ ਇਹ ਖੱਤਰੀਆਂ ਨੇ ਸਿੱਖ ਬਣਾ ਦਿੱਤਾ ਅਤੇ ਖੱਤਰੀਆਂ ਨੇ ਨਾਲ ਸਿੰਘ ਲਾ ਦਿੱਤਾ ਸਿੰਘ ਖਾਲਸੇ ਦਾ ਸਰਨੇਮ ਹੈਗਾ ਖਾਲਸਾ ਉਹ ਹੁੰਦਾ ਜਿਹਨੇ ਆਪਣਾ ਸੀਸ ਦਿੱਤਾ ਹੋਵੇ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ ਇੱਕ ਦਾ ਸਿਰ ਅਤੇ ਦੂਜੇ ਦਾ ਧੜ ਸੀਤਾ ਸੀਗਾ ਅੱਛਾ ਇਹ ਤਾਂ ਹੈਗੀ ਬਾਕੀ ਮੈਂ ਬਹੁਤ ਥੋੜ੍ਹੀ ਇਹ 'ਚ ਦੱਸੀਆਂ ਇਹ ਚੀਜ਼ਾਂ ਆਹ ਜਿਹੜਾ ਹੁਣ ਹੋ ਰਿਹਾ ਨਾ ਇਹ 70 ਸਾਲ ਦਾ ਇਹਨਾਂ ਦੀ ਪੂਰੀ ਰਾਖੀ ਸੀਗੀ ਉਹ 2018 'ਚੋਂ ਖਤਮ ਹੁੰਦੀ ਸੀਗੀ ਉਦੋਂ ਜਿਹੜਾ ਟਰੰਪ ਸੀਗਾ ਉਹ ਕਹਿ ਗਿਆ ਸੀ ਕਿ ਜਰੂਸਲਮ ਜਿਹੜਾ ਕੈਪੀਟਲ ਹੈਗਾ ਇਜ਼ਰਾਈਲ ਦਾ ਉਦੋਂ ਉਹ ਝਗੜੇ ਦੀ ਜੜ ਲਾ ਗਿਆ ਸੀਗਾ ਅਤੇ ਹੁਣ ਜਿਹੜਾ ਹੈ ਉਹ 2023 ਵਿੱਚ 14 ਮਈ 2023 ਨੂੰ ਉਦੋਂ ਇਹ ਕਹਿੰਦੇ ਸੀ ਜਿਹੜਾ ਹੈਗਾ ਸਾਰਾ ਜਰੂਸਲਮ ਜਿਹੜਾ ਜੂਆਂ ਦਾ ਹੈਗਾ ਮੌਸਕ ਅਲ ਅਕਸਾ ਜਿਹੜੀ ਹੈਗੀ ਇਹ ਵੀ ਜੂਆਂ ਦੀ ਹੈਗੀ ਵੀ ਇਹਨਾਂ ਬਾਕੀ ਕੋਈ ਹੱਕ ਨਹੀਂ ਹੈਗਾ ਉਹਨਾਂ ਨੂੰ ਅਤੇ ਇੱਦਾਂ ਇਹੋ ਹੌਲੀ ਹੌਲੀ ਇਹਨਾਂ ਨੇ ਲੈ ਲਿਆ ਹੈਗਾ ਅਤੇ ਇਹ ਹੈਗੇ ਸ਼ੈਤਾਨ ਦੇ ਪੁੱਤਰ ਜਦੋਂ ਜੀਵ ਬਣ ਜਾਂਦਾ ਜਿਸਮ ਦਾ ਉਦੋਂ ਸ਼ੈਤਾਨ ਦਾ ਪੁੱਤਰ ਬਣ ਜਾਂਦਾ ਵੱਡੇ ਅਲ ਜਮਾਤ ਅਲ ਅਕਸਾ ਦਾ ਬਹੁਤ ਵੱਡਾ ਸ਼ੈਤਾਨ ਜੀਵ ਹੁੰਦਾ ਹੈਗਾ ਦਿਲ ਦਾ ਬਾਲ ਲਾ ਦੇ ਇਹ ਜਿਹੜੇ ਹੈਗੇ ਜੀਵ ਘਲਾਉਂਦੇ ਆਪਣੇ ਆਪ ਨੂੰ ਇਹ ਹੈਗੇ ਨੇ ਗੋਰੇ ਵਿੱਚ ਰੰਗ ਗੋਰਾ ਜਿੰਨਾ ਹੈਗਾ ਚਿੱਟਾ ਰੰਗ ਹੈਗਾ ਇਬਰਾਹਿਮ ਜਿਹੜਾ ਸੀਗਾ ਚਿੱਟਾ ਨਹੀਂ ਸੀ ਉਹ ਸਮੈਟਿਕ ਰੇਸ ਦਾ ਸੀਗਾ ਕਾਲੇ ਅਤੇ ਏਰੀਅਨ ਦੀ ਮਿਕਸ ਸੀਗੀ ਉਹਦੇ 'ਚ ਨਾ ਉਹ ਕਾਲਾ ਅਤੇ ਨਾ ਚਿੱਟਾ ਸੀਗਾ ਇਹ ਜਿਹੜੇ ਚਿੱਟੇ ਹੈਗੇ ਨੇ ਏਰੀਅਨ ਰੇਸ ਦੇ ਹੈਗੇ ਨੇ ਇਹ ਇਹ ਜੂ ਜਿਹੜੇ ਬੜੇ ਮਿਲਦੇ ਜਿਸਮ ਦੇ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ ਇਬਰਾਹਿਮ ਅਤੇ ਆਈਜ਼ਕ ਨਾਲ ਇਹ ਬਣੌਤੀ ਹੈਗੇ ਨੇ ਜਿਹੜੇ ਕਿ ਜਿਹੜੇ ਉੱਥੇ ਹੁੰਦੇ ਸੀ ਨਾ ਪਾਦਰੀ ਜਾਂ ਪ੍ਰੀਸਟ ਹੁੰਦੇ ਸੀਗੇ ਟੈਂਪਲ 'ਚ
ਉਹ ਉਹਨਾਂ ਨੇ ਟੈਂਪਲ ਸੀਗਾ ਉੱਥੇ ਜਿਹੜਾ ਆਦਮ ਦਾ ਮੰਦਰ ਜਿਹੜਾ ਸੀਗਾ ਨਾ ਮਹਾਦੇਵ ਦਾ ਮੰਦਰ ਸੀਗਾ ਉਹਦੇ 'ਚ ਕੰਧ ਕੀਤੀ ਹੋਈ ਸੀ ਜਿਹੜੇ ਹੁੰਦੇ ਸੀ ਚੋਜ਼ਨ ਪੀਪਲ ਉਹ ਮੂਹਰੇ ਬਹਿੰਦੇ ਸੀਗੇ ਅਤੇ ਜਿਹੜੇ ਹੁੰਦੇ ਸੀ ਬਾਹਰੋਂ ਆਉਂਦੇ ਸੀਗੇ ਨਾ ਦੇਖਣ ਜਾਂ ਪੰਚਕਰਮੇ ਸਾਰਿਆਂ ਦਾ ਪਵਿੱਤਰ ਸਥਾਨ ਸੀਗਾ ਦੁਨੀਆਂ 'ਚ ਅਤੇ ਜਿਹੜੇ ਬਾਹਰੋਂ ਆਉਂਦੇ ਸੀਗੇ ਉਹਨਾਂ ਨੂੰ ਪਿੱਛੇ ਪਵਾਉਂਦੇ ਸੀ ਕੰਧ ਦੇ ਜੇ ਕੋਈ ਕਹਿੰਦਾ ਵੀ ਮੈਂ ਵੀ ਮੂਹਰੇ ਬਹਿਣਾ ਕੰਧ ਦੇ ਅੱਗੇ ਉਹਨਾਂ ਦੇ ਨਾਲ ਬਹਿਣਾ ਹੈਗਾ ਉਹ ਕਹਿੰਦੇ ਆਦਰੀ ਸੀਗੇ ਕਹਿੰਦੇ ਕੋਈ ਪ੍ਰੋਬਲਮ ਨਹੀਂ ਲਿਆ ਪੈਸੇ ਕੱਢ ਅਤੇ ਉਹਦੀ ਕਰ ਦਿੰਦੇ ਸੀ ਸੁਨਤ ਸੁਨਤ ਕਰਕੇ ਉਹਨੂੰ ਫਿਰ ਬਣਾਉਂਦੇ ਸੀ ਆਈਜੈਕ ਦਾ ਮੁੰਡਾ ਸੀਗਾ ਏਰੀਅਨ ਕੋਈ ਹੋਰ ਕਿਸੇ ਕੌਮ ਦਾ ਹੋਰ ਨਸਲ ਦਾ ਪੈਸੇ ਕੱਢ ਕੇ ਉਹਨੇ ਸੁਨਤ ਕਰਕੇ ਉਹਨੂੰ ਆਈਜੈਕ ਦਾ ਮੁੰਡਾ ਬਣਾ ਦਿੰਦੇ ਸੀ ਸਮੈਟਿਕ ਰੇਸ ਦਾ ਬਣਾ ਦਿੰਦੇ ਸੀ ਉਹਨੂੰ ਯਾਨੀ ਕਿ ਪੱਕੇ ਹਰਾਮੀ ਏਦਾਂ ਇਹੋ ਪੈਸੇ ਲੋਕਾਂ ਨੂੰ ਖਾਂਦੇ ਸੀਗੇ ਇਹ ਜਦੋਂ ਮੁਹੰਮਦ ਸਾਹਿਬ ਦੇ ਫੋਲ ਦੇ ਵਿੱਚ ਵੜ ਗਏ ਨਾ ਇਹਨਾਂ ਦੇ ਬਹੁਤ ਅੱਤ ਛੱਕੇ ਸੀਗੇ ਜਿਹੜੇ ਪ੍ਰਚਾਰ ਕਰਦੇ ਸੀਗੇ ਆਪਣੀ ਸਿੱਖੀ ਦਾ ਉਹਨਾਂ ਨੂੰ ਫੜ ਫੜ ਕੇ ਤਾਂ ਇਹਨਾਂ ਦੀ ਸੈਨਾ ਦੇ ਮੂਹਰੇ ਪਾਇਆ ਸੀਗਾ ਉਹਨਾਂ ਜਿੰਦਿਆਂ ਨੂੰ ਮਾਰਿਆ ਸੀਗਾ ਅਤੇ ਜਦੋਂ ਮੁਹੰਮਦ ਸਾਹਿਬ ਨੇ ਡੰਡਾ ਚੱਕਿਆ ਨੇ ਇਹਨਾਂ ਦੇ ਬਲ ਖਿਲਾਫ ਕਿਹਾ ਵੀ ਜਿੱਥੇ ਵੀ ਤੁਹਾਨੂੰ ਇਹ ਜੂ ਮਿਲਦਾ ਉਹਨੂੰ ਮਾਰ ਦਿਓ ਇਹ ਹਲੀਮੀ ਨਾਲ ਉਹਦੇ ਵਾੜੇ 'ਚ ਵੜ ਕੇ ਅਤੇ ਉੱਥੇ ਇਹਨਾਂ ਨੇ ਸਾਰੀਆਂ ਜਿਹੜੀਆਂ ਟੈਂਪਲ ਦੀਆਂ ਫਰੈਕਟਰੀ ਸੀ ਉੱਥੇ ਲਿਆ ਕੇ ਸ਼ੁਰੂ ਕਰ ਦਿੱਤੀਆਂ ਜਿਹੜਾ ਟੈਂਪਲ ਸੀਗਾ ਉਹਦੇ ਬੜਾ ਰੂਹਾਨੀ ਇਹ ਜਿਹੜੇ ਸੀਗੇ ਇਸ਼ਮਾਲ ਦੇ ਮੁੰਡੇ ਮੁਹੰਮਦ ਸਾਹਿਬ ਇਹ ਉਹਨਾਂ ਦੀ ਬੜੀ ਮਾਣ ਕਰਦੇ ਸੀ ਇਹਨਾਂ ਕੋਲ ਰੂਹਾਨੀ ਗਿਆਨ ਹੈਗਾ ਪਰ ਇਹਨਾਂ ਨੂੰ ਮਿਸਯੂਜ਼ ਕੀਤਾ ਜਦੋਂ ਮੁਹੰਮਦਨ ਬਣੇ ਇਹਨਾਂ ਨੇ ਕੋਸ਼ਿਸ਼ ਜਿਹੜਾ ਸੀ ਉਹਨੂੰ ਹਲਾਲ ਕਹਿ ਦਿੱਤਾ ਅਤੇ ਅਕਾਲ ਪੁਰਖ ਦਾ ਕੋਈ ਪੁੱਤਰ ਹੈ ਨੀਗਾ ਪਾਰ ਬ੍ਰਹਮ ਦਾ ਜੀਵੇ ਜਿਹੜਾ ਸੀਗਾ ਪਾਰ ਬ੍ਰਹਮ ਦਾ ਪੁੱਤਰ ਸੀ ਨਾ ਐਲੋਹੀਅਮ ਦਾ ਅਤੇ ਹੋਰ ਸੁਨਤ ਕਰ ਦਿੱਤੀ ਉਹਨਾਂ ਨੇ ਪਹਿਲਾਂ ਉੱਥੇ ਚਰਚ 'ਚ ਸੁਨਤ ਕਰਨੀ ਸ਼ੁਰੂ ਕਰਨ ਲੱਗੇ ਸੀਗੇ ਮਸਿਆਨਿਕ ਜੀਵ ਅਤੇ ਦੁਨੀਆਂ ਉੱਥੇ ਲੋਕਾਂ ਨੇ ਨਹੀਂ ਚੱਲਣ ਦਿੱਤੀ ਪਰ ਜਦੋਂ ਇਹ ਮੁਹੰਮਦ ਸਾਹਿਬ ਦੇ ਵਾੜੇ 'ਚ ਵੜ ਗਏ ਉਦੋਂ ਇਹਨਾਂ ਨੇ ਸੁਨਤ ਸ਼ੁਰੂ ਕਰ ਲਈ ਪੱਕੀ ਕਰ ਲਈ ਪੱਕੇ ਤੌਰ 'ਤੇ ਇਹਨਾਂ ਜਮਾਤ ਦਿੱਤੀ ਸੁਨਤ ਨਾਲ ਇਹਨਾਂ ਨੇ ਬਲੌਕੀ ਆਈਜੈਕ ਦੇ ਪੁੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਹੁਣ ਜਿਹੜੇ ਹੈਗੇ ਨੇ ਸਾਰਿਆਂ ਨਾਲ ਵੱਡੇ ਬਣੌਤੀ ਜਿਹੜੇ ਨੇ ਆਈਜੈਕ ਦੇ ਪੁੱਤਰ ਸੁਨਤ ਵਾਲੇ ਉਹ ਹੈਗੇ ਨੇ ਇਰਾਨ 'ਚ ਇਰਾਨ ਹੋਇਆ ਅਫਗਾਨਿਸਤਾਨ ਹੋਇਆ ਇੱਦਾਂ ਦੇ ਮੁਲਕਾਂ 'ਚ ਪਾਕਿਸਤਾਨ ਹੋਇਆ ਅਤੇ ਹੈਗੇ ਉਹ ਏਰੀਅਨ ਰੇਸ ਦੇ ਅਤੇ ਉਹਨਾਂ ਨੂੰ ਸੁਨਤ ਕਰਕੇ ਤਾਂ ਆਈਜੈਕ ਸਮੈਟਿਕ ਰੇਸ 'ਤੇ ਬਣਾ ਦਿੱਤਾ ਯਾਨੀ ਕਿ ਪੱਕੇ ਹਰਾਮੀ ਆ ਉਹਨਾਂ ਦਾ ਪਿਓ ਉਹਨਾਂ ਨੂੰ ਪੜ੍ਹਾ ਦਿੱਤਾ ਅੱਜ ਉਹਨਾਂ ਨੇ ਮਾਰਨਾ ਹੈਗਾ ਕਿਉਂ ਇਹ ਇੱਕ ਸਟੀਵਨ ਹੁੰਦਾ ਸੀਗਾ ਪਹਿਲਾਂ ਜਿਹੜਾ ਚਰਚ ਬਣਿਆ ਸੀ ਉਹਦੇ ਸਟੀਵਨ ਉਹ ਲੋਕਾਂ ਨੂੰ ਲੁੱਟੀ ਇਬਰਾਹਿਮ ਦੇ ਨਾਂ 'ਤੇ ਦਿੰਦਾ ਸੀਗਾ ਅਤੇ ਉਹ ਬਣਾਉਂਦੇ ਸੀ ਇਬਰਾਹਿਮ ਨੂੰ ਜਾਣਨਾ ਨਹੀਂ ਸੀ ਚਾਹੁੰਦੇ ਉਹ ਬਣਾਉਣਾ ਚਾਹੁੰਦੇ ਸੀ ਜੀਵ ਜਿਸਮ ਦਾ ਸਟੀਵਨ ਏਂਜਲ ਸਟੀਵਨ ਜਿਹੜਾ ਸੀ ਉਹ ਦਿਲ ਦਾ ਬਣਾਉਂਦਾ ਸੀਗਾ ਅਤੇ ਉਹਨੂੰ ਬੁਲਾਇਆ ਸੀਗਾ ਉਹਨਾਂ ਨੇ ਆਪਣੇ ਮੰਦਰ 'ਚ ਵੀ ਤੂੰ ਆ ਕੇ ਸਾਨੂੰ ਦੱਸ ਕਿਉਂ ਕਰ ਰਿਹਾ ਤੂੰ ਇੱਦਾਂ ਉਹਨੇ ਨੇ ਤਕਰੀਰ ਕੀਤੀ ਸੀ ਕਿ ਆਪਣਾ ਵੱਡਾ ਵਧੇਰਾ ਇਬਰਾਹਿਮ ਇੱਕ ਨੋਬਲ ਆਦਮੀ ਸੀ ਚੰਗਾ ਆਦਮੀ ਸੀਗਾ ਤੁਸੀਂ ਆਪ ਸੁਨਤ ਕਰਕੇ ਉਹਦੇ ਫੇਕ ਨਕਲੀ ਪੁੱਤਰ ਨਾ ਬਣਾਈ ਜਾਵੋ ਜਦੋਂ ਨਕਲੀ ਪੁੱਤਰਾਂ ਦਾ ਨਾਂ ਲਿਆ ਵੀ ਸੁਨਤ ਕਰਦੇ ਹਾਂ ਤੁਸੀਂ ਪੈਸੇ ਲੈਂਦੇ ਹਾਂ ਉਹ ਦੰਦ ਆਪਣੇ ਪੀਸਦੇ ਸੀ ਵੀ ਇਹਨੂੰ ਮਾਰੀਏ ਤਾਂ ਜੋ ਉਹਨਾਂ ਨੇ ਬਾਹਰ ਲਿਜਾ ਕੇ ਉਹਨੂੰ ਮਾਰ ਦਿੱਤਾ ਸੀਗਾ ਅਤੇ ਅੱਜ ਉਹਨਾਂ ਨੇ ਜਿਹੜੇ ਹੈਗੇ ਨੇ ਨਕਲੀ ਹੈਗੇ ਨੇ ਆਈਜੈਕ ਦੇ ਪੁੱਤਰ ਸੁਨਤ ਵਾਲੇ ਇਰਾਨੀਅਨ ਅਫਗਾਨੀ ਹੈਗੇ ਨੇ ਉਹ ਏਰੀਅਨ ਰੇਸ ਦੇ ਅੱਜ ਉਹਨਾਂ ਨੇ ਮਾਰਨਾ ਹੈਗਾ ਇਹਨਾਂ ਨੂੰ ਇਜ਼ਰਾਈਲ ਨੂੰ
ਇਸ ਕਰਕੇ ਇਜ਼ਰਾਈਲ ਦਾ ਜਿਹੜਾ ਇੱਕ ਨੰਬਰ ਦਾ ਦੁਸ਼ਮਣ ਹੈਗਾ ਇਰਾਨ ਹੈਗਾ। ਇਹਨਾਂ ਨੇ ਹੁਣ ਇਰਾਨ ਤੇ ਹਮਲਾ ਕਰਨਾ ਹੈਗਾ। ਆਹ ਜਿਹੜਾ ਫਲਸਤੀਨੀਅਨ ਹੈਗੇ ਨੇ ਇਹਨਾਂ ਨੂੰ ਮਦਦ ਕਰ ਲਿਆ ਇਰਾਨ, ਤੇ ਇਹਨਾਂ ਨੇ ਹੁਣ ਇਰਾਨ ਤੇ ਹਮਲਾ ਕਰਨਾ। ਉਹ 14 ਨਵੰਬਰ ਨੂੰ ਹੋਏਗਾ, 14 ਨਵੰਬਰ ਨੂੰ, ਜਦੋਂ ਕਿ ਇਜ਼ਰਾਈਲ ਹੋ ਜਾਏਗਾ 75 ਸਾਲ। ਆਹ ਜਿਹੜੇ 70 ਦੇ ਬਾਅਦ ਜਿਹੜੇ 5 ਹੈਗੇ ਸੀ ਕਾਮ ਕਰੂਨ ਲੂਹ ਨੂੰ ਹੰਕਾਰਦੇ ਸੀਗੇ, ਉਹ ਦੇਵ ਦੇ, ਕਿਉਂ ਕਲਯੁਗ ਸਤਿਗੁਰੂ ਮਤ ਵੇਲਾ ਹੈਗਾ, ਕ੍ਰਾਈਸਟ ਦੇ ਸਭ ਸਮਾਂ ਹੈਗਾ, ਕ੍ਰਾਈਸਟ ਵਿੱਚ 5 ਹੈਗੇ ਚੱਲਦੇ, ਅਤੇ ਜਿਹੜਾ ਸੀਗਾ ਯਾਵੇ ਵਿੱਚ 7 ਅਤੇ 5 12, ਤਦ 12 ਉਹਨੇ ਜਿਹੜੇ ਸੀਗੇ ਅੰਦਰ ਕਾਮੇ ਸੀ, ਉਹ ਚੇਲੇ ਨਹੀਂ ਸੀ ਉਹਦੇ, ਕਾਮੇ ਦਾ ਮਤਲਬ ਉਹ ਖੁਦ ਨਰੇ ਨਿਆਰੇ ਸੀਗੇ, ਸੋਲੀਟਰੀ, ਉਹਦੇ ਸਤਿਗੁਰੂ ਜੀਜ਼ਸ ਜਾਂ ਕ੍ਰਾਈਸਟ ਜੀਜ਼ਸ ਦੇ ਅੰਦਰ ਨਹੀਂ ਸੀ, ਉਹਦਾ ਹੁਕਮ ਨਹੀਂ ਸੀ ਮੰਨਦੇ, ਉਹ ਨਿਆਰੇ ਸਨ, ਜੋ ਉਹਨਾਂ ਨੂੰ ਪਾਉਂਦਾ ਸੀ ਉਹ ਕਰਦੇ ਸੀਗੇ, ਉਹੀ ਪਾਉਂਦਾ ਜੀ ਜਿਹੜਾ ਸਤਿਗੁਰੂ ਜੀਜ਼ਸ ਦੱਸਦਾ ਸੀ। ਇਸ ਲਈ ਸਤਿਗੁਰੂ ਜੀਜ਼ਸ ਉਹਨਾਂ ਦਾ ਬ੍ਰਾਈਡ ਗਰੂਮ ਸੀਗਾ, ਉਹ ਸੀਗੀਆਂ ਕੁਆਰੀਆਂ, ਕੁਆਰੇ ਜਿਹੜੀ ਸੁਹਾਗਨ। ਅਤੇ ਇਸ ਤਰ੍ਹਾਂ ਇਹ ਜਿਹੜਾ ਮਜ਼ਮੂਨ ਹੈਗਾ ਤੁਹਾਨੂੰ ਸਮਝ ਆਏਗਾ, ਮੇਰੇ ਵਿੱਚ ਦੇਖੋਗੇ ਪੂਰੇ। ਮੇਰਾ ਇੱਥੇ ਭਾਵ ਇਹ ਕਹਿਣ ਜਾਏਗਾ ਕਿ ਆਹ ਜਿਹੜੀ ਲੜਾਈ ਹੋ ਰਹੀ ਨਾ, ਹੁਣ ਸ਼ੁਰੂ ਕੀਤੀ ਇਹਨਾਂ ਨੇ ਪਲਸਟੀਨੀਅਨ ਨੇ, ਹੁਣ ਮਾਰਨੀ ਸ਼ੁਰੂ ਹੋਈ ਅਤੇ ਕਰਨੀ ਸ਼ੁਰੂ ਕਰ ਦਿੱਤੀ ਬੰਬਾਰਡਮੈਂਟ। ਇਹ 14 ਨਵੰਬਰ ਨੂੰ ਇਹਦੀ ਐਟੋਮਿਕ ਵਾਰ ਦੀ ਨੀਂਹ ਰੱਖੀ ਜਾਏਗੀ, ਉਹਦੇ ਤੋਂ 14 ਨਵੰਬਰ ਤੋਂ ਬਾਅਦ ਕਦੇ ਵੀ ਹੋ ਸਕਦੀ ਹੈਗੀ। ਅਤੇ ਤੁਸੀਂ ਦੇਖੋਗੇ 14 ਨਵੰਬਰ ਨੂੰ ਕਿੱਦਾਂ ਮੁਲਕ ਇੱਕ ਦੂਜੇ ਨਾਲ ਵੰਡੇ ਜਾਂਦੇ, ਪ੍ਰੋ ਰਸ਼ੀਆ ਅਤੇ ਪ੍ਰੋ ਅਮੈਰੀਕਾ ਹੋ ਜਾਂਦੇਗਾ। ਇਹ ਜਿੱਤ ਜਿਹੜੀ ਹੈਗੀ ਰਸ਼ੀਆ ਦੀ ਹੋਣੀ ਹੈਗੀ, ਕਿ ਉੱਥੇ ਜਿਹੜੇ ਲੋਕ ਹੈਗੇ ਨੇ ਉਹਨਾਂ 'ਚ ਕੌਮਾਂ ਦਾ ਅਹਿਸਾਸ ਹੈਗਾ। ਇਹ ਜਿਹੜੀ ਧਰਤੀ ਕੌਮਾਂ ਦੇ ਲੋਕਾਂ ਲਈ ਹੈਗੀ, ਹਿੰਦੂ ਸਿੱਖ ਮੁਸਲਮਾਨ ਸਿੱਖਾਂ ਲਈ ਨਹੀਂ ਹੈਗੀ, ਇਹਨਾਂ ਦਾ ਕੋਈ ਹੱਕ ਨਹੀਂ ਹੈ ਜੇ ਇੱਥੇ ਕਬਜ਼ਾ ਕਰਨ ਦਾ, ਜੇ ਕੋਈ ਕਰੇਗਾ ਤਾਂ ਸ਼ੰਕਰ ਵਰਨੀਆਂ ਬਣੇਗਾ ਹਰਾਮੀ, ਆਪਣਾ ਜਿਹੜਾ ਜਾਤ ਦਾ ਛੱਡ ਕੇ ਪਿਓ, ਮੇਰਾ ਜੱਟ ਹੈਗਾ, ਜੱਟ ਪਿਓ ਨੂੰ ਛੱਡ ਕੇ ਸਿੱਖ ਪਿਓ ਬਣਾਏਗਾ, ਉਹ ਪੱਕਾ ਹਰਾਮੀ ਬਣੇਗਾ, ਜਿੱਦਾਂ 1947 'ਚ ਬਣੇ ਸੀਗੇ। ਇਸ ਕਰਕੇ ਜਿਹੜੀ ਹੁਣ ਹੋ ਰਿਹਾ ਹੈਗਾ ਇਹਦੀ ਜਿਹੜਾ ਹੈਗਾ 14 ਨਵੰਬਰ 2023 ਨੂੰ ਤੁਸੀਂ ਦੇਖਿਆ ਜੀ ਇਹਦਾ ਐਟੋਮਿਕ ਵਾਰ ਦਾ ਕਿੱਦਾਂ ਸ਼ੁਰੂ ਹੁੰਦਾ ਹੈ ਜੀ। ਅਤੇ ਅੱਗੇ ਦੇਖੋ ਕਿ ਉਹਨਾਂ ਦੇ ਜੋ ਪਰਮਾਤਮਾ ਨੂੰ ਪਰ ਜੋ ਆਪਣੇ ਪਾਰ ਬ੍ਰਹਮ ਨੂੰ ਪਾਵੇ ਉਹੀ ਹੋਵੇਗਾ। ਅਤੇ ਇਹ ਮੇਲਾ ਜਿਹੜਾ ਸਤਿਗੁਰੂ ਮਤ ਮੇਲਾ ਹੈਗਾ, ਸਤਿਪੁਰਖ ਜਿਨ ਜਾਣਿਆ ਸਤਿਗੁਰੂ ਕਿਸ ਕਾ ਨਾਉ, ਨਾਨਕ ਜਿਹੜਾ ਸੀਗਾ ਉਹਨੇ ਸਤਿਪੁਰਖ ਦਾ ਪ੍ਰਚਾਰ ਕੀਤਾ, ਅਤੇ ਇਸ ਕਰਕੇ ਉਹ ਸਤਿਗੁਰੂ ਨਾਨਕ ਸੀ, ਉਹ ਗੁਰੂ ਨਾਨਕ ਨਹੀਂ ਸੀਗਾ। ਇਹ ਤੁਸੀਂ ਦੇਖ ਲਓ ਵੀ ਲੋਕ ਕੀਤਾ ਨਾਨਕ ਨੂੰ ਗੁਰੂ ਕਹਿੰਦੇ ਨੇ, ਗੁਰੂ ਹੁੰਦਾ ਮਾਤਾ ਪਿਤਾ ਦੇ ਪੰਡਿਤ ਜਿਹੜੇ ਕਿ ਮੋਰਲ ਸਿੱਖਿਆ ਦਿੰਦੇ ਜਿਸਮ ਨਾਲ, ਜਿਹੜਾ ਮਨ ਨੂੰ ਦੇਵੇ ਉਹ ਹੁੰਦਾ ਸਤਿਗੁਰੂ। ਅਤੇ ਜਿਹਨਾਂ ਨੂੰ ਇਹ ਨਹੀਂ ਅਕਲ ਹੈਗੀ ਕਿ ਨਾਨਕ ਸਤਿਗੁਰੂ ਸੀਗਾ ਗੁਰੂ ਨਹੀਂ ਸੀਗਾ, ਅਲਖ ਨਹੀਂ ਆਉਂਦੀ ਉਹਨੂੰ, ਬੇ ਨਹੀਂ ਆ ਸਕਦੀ। ਅਤੇ ਇਸ ਕਰਕੇ ਕੋਈ ਜਿਹੜਾ ਮੈਨੂੰ ਕਹਿੰਦਾ ਵੀ ਇਹ ਸਦਾਈ ਹੈਗਾ ਜਾਂ ਕਮਲਾ ਹੈਗਾ, ਇਹ ਉਹੀ ਕਹਿਣਗੇ ਜਿਹਨਾਂ ਨੂੰ ਸਤਿਗੁਰੂ ਦਾ ਨਹੀਂ ਪਤਾ, ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ। ਮੈਂ ਜਿਹੜਾ ਹੈਗਾ ਮੇਰੇ ਅੰਦਰ ਸਤਿਗੁਰੂ ਹੈਗਾ, ਮੈਂ ਸਤਿਗੁਰੂ ਰਜਿੰਦਰ ਹੈਗਾ, ਕ੍ਰਾਈਸਟ ਰਜਿੰਦਰ, ਮੈਂ ਜੋ ਬੋਲਦਾ ਮੈਂ ਸੋਚ ਗੁਰ ਨਾਲ ਬੋਲਦਾ ਹੈਗਾ, ਬੇਗੁਰਾ ਨਹੀਂ ਬੋਲਦਾ ਮੈਂ, ਜਿਹੜਾ ਗੁਰ ਨਾਲ ਬੋਲੇ ਉਹਨੂੰ ਗੁਰਮੁਖ ਕਹਿੰਦੇ ਹੁੰਦਾ, ਜਾਂ ਉਹ ਮੁਸਲਮਾਨ ਹੁੰਦਾ ਪੱਕੇ ਮਾਨ ਵਾਲਾ, ਜਿਹੜਾ ਮੁਸਲਮਾਨ ਹੁੰਦਾ ਉਹ ਅੱਲਾ ਹੈ ਕਿ ਅੱਲਾ ਉਹਦੇ 'ਚ ਹੁੰਦਾ। ਇਹ ਨਹੀਂ ਆ ਜਿਹੜੇ ਮੁਹੰਮਦਨ ਹੈਗੇ ਅਤੇ ਦੂਏ ਦਾ ਹੱਥ ਖੋਲਦੇ ਅਤੇ ਬੇਈਮਾਨੀਆਂ ਕਰਦੇ, ਇਹ ਕਾਫਰ ਹੈਗੇ ਨੇ ਜਿਹਨਾਂ ਨੇ ਸੁੰਨਤ ਕੀਤੀ ਹੋਈ ਹੈਗੀ।
ਹੈਗੇ ਨੇ ਇੰਡੀਅਨ ਏਰੀਅਨ ਰੇਸ ਦੇ ਅਤੇ ਸੁਨਤ ਕਰਕੇ ਬਣ ਜਾਂਦੇ ਸਮੈਟਿਕ ਰੇਸ ਦੇ, ਜਿਹਨੂੰ ਆਪਣੇ ਪਿਓ ਦਾ ਨਹੀਂ ਪਤਾ ਉਹਨੂੰ ਅੱਲਾਹ ਦਾ ਕੀ ਪਤਾ ਲੱਗੇਗਾ। ਇਸ ਕਰਕੇ ਜਿਹੜਾ ਮੁੰਡਾ ਹੈਗਾ ਇੱਥੇ ਇਹਨਾਂ ਦੇ ਜਾਂ ਕੋਈ ਵੀ ਤੁਹਾਨੂੰ ਮਿਲੇ ਮਹੰਤ, ਉਹਨੂੰ ਕਹੋ ਵੀ ਅੱਲਾਹ ਜਿਹੜਾ ਅੱਲਾਹ ਹਰ ਕਿੱਥੋਂ ਮਰਿਆ ਹੈਗਾ, ਅੱਲਾਹ ਦਾ ਓਰੀਜਨ ਕਿੱਥੇ ਹੈਗਾ, ਇਹਨਾਂ ਨੂੰ ਨਹੀਂ ਪਤਾ। ਇਹ ਇੱਲਾ ਤੋਂ ਬਣਿਆ, ਇੱਲਾ ਹੁੰਦਾ ਕਬੀਲੇ ਦਾ ਪਿਓ, ਮੇਰਾ ਕਬੀਲੇ ਦਾ ਪਿਓ ਜੱਟ ਹੈਗਾ, ਜੱਟ ਮੇਰਾ ਕੱਚਾ ਪਿਓ ਹੈਗਾ। ਅਲ ਇੱਲਾ ਦੀ ਫਾਦਰ ਸਪਿਰਚੁਅਲ, ਇਹ ਮੇਰਾ ਪੱਕਾ ਪਿਓ ਹੈਗਾ, ਰੂਹ ਦਾ ਅੱਲਾ। ਅਵਲ ਅੱਲਾ ਰੂਹ ਰਪਾਇਆ ਕੁਦਰਤ ਦੇ ਸਭ ਬੰਦੇ। ਅਤੇ ਬਹੁਤ ਸਾਰੀਆਂ ਚੀਜ਼ਾਂ ਮੈਂ ਦੱਸੀਆਂ, ਅੱਗੇ ਤੁਹਾਡੀ ਮਰਜ਼ੀ। ਅਤੇ ਬਾਕੀ ਹੈਗਾ, ਹੁਣ ਬਹੁਤ ਭਿਆਨਕ ਸਮਾਂ ਆ ਰਿਹਾ ਹੈਗਾ।